Assalamu alaikum ji, main thoda apna host baba ji Sikh historical places of Pakistan, Sikh gurdwaras and temples of Pakistan. Khalsa Raj footsteps nu labde hoya aaj main pahunche hua Qila Kalar wala वैसे ते अगर तुसी नारोवाल लाहौर तो तुसी नारोवाल अगर आंदे हो ते नारंग मंडी तो अगे थोड़ा जना आओ ते तुहानू ए जगह नजर आंदी है किला कालर वाला थोड़ा जना रोड साइड तो उच्चा और तकरीबन कोई 1.5 to 2 kilometers अंदर आके ते ए प्लेस जिहड़ी है ए वाकया है जिथे के बड़े प्यारे क्लब्स जिहड़े ने सानू मिले ने कुछ बड़ी मिक्स जी हिस्ट्री है ਇੱਕ ਦੁਕਾਨ ਦੇ ਉੱਤੇ ਸੇਮ ਟਾਈਮ ਤੁਹਾਨੂੰ ਓਮ ਲਿਖਿਆ ਨਜ਼ਰ ਆ ਰਿਹਾ ਔਰ ਨਾਲ ਹੀ ਥੱਲੇ ਗੁਰਬਾਣੀ ਦੇ ਸ਼ਬਦ ਵੀ ਨਜ਼ਰ ਆ ਰਹੇ ਨੇ ਬੜੀ ਹੈਰਾਨਗੀ ਵਾਲੀ ਗੱਲ ਹੈ ਇਹ ਫਸਟ ਟਾਈਮ ਐਸਾ ਹੋ ਰਿਹਾ ਕਿ ਉੱਤੇ ਇੱਕ ਓਨਕਾਰ ਔਰ ਥੱਲੇ ਜਿਹੜਾ ਆ ਰਿਹਾ ਉਹ ਗੁਰਬਾਣੀ ਦੇ ਸੋਰੀ ਉੱਤੇ ਓਮ ਹੈ ਔਰ ਥੱਲੇ ਗੁਰਬਾਣੀ ਦੇ ਸ਼ਬਦ ਆ ਰਹੇ ਨੇ ਅਤੇ ਮੈਂ ਇਸ ਵੇਲੇ ਆਇਆ ਵਾਂ ਕਿਲਾ ਕਾਲਰ ਵਾਲਾ ਦੇ ਵਿੱਚ ਔਰ ਇਹ ਭਾਈ ਹੋਰ ਨੇ ਜਿਹੜੇ ਕਿ ਇਸ ਵੇਲੇ ਵੇਦ ਦੀ ਦੁਕਾਨ ਕਰ ਰਹੇ ਨੇ ਔਰ ਇਹਨਾਂ ਨੂੰ ਕਾਫੀ ਜਿਹੜਾ ਇਸ ਜਗ੍ਹਾ ਦੇ ਬਾਰੇ ਦੇ ਵਿੱਚ ਡੀਲਰ ਮੈਂ ਵੀ ਇੱਥੇ ਕਿਸ ਤਰ੍ਹਾਂ ਸੀ ਕਿਵੇਂ ਸੀ ਔਰ ਕਿਹੜੇ ਲੋਕ ਜ਼ਿਆਦਾ ਜਿਹੜੇ ਮਸ਼ਹੂਰ ਗੁਜ਼ਰੇ ਨੇ ਉਹਨਾਂ ਦੇ ਮੁਤਲਿਕ ਨੇ ਅਸਾਂ ਮੁਹੰਮਦ ਅਜ਼ੀਮ ਬਾਈ ਮੈਨੂੰ ਤੁਸੀਂ ਇਹ ਦੱਸੋ ਕਿ ਜਿਸ ਤਰ੍ਹਾਂ ਹੁਣ ਇਹ ਜਿਹੜੀ ਦੁਕਾਨ ਹੈ ਉੱਤੇ ਲਿਖੀ ਹੈ ਬੇਲੀ ਰਾਮ ਅਤੇ ਉਹਦੇ ਉੱਤੇ ਉਹ ਲਿਖੇ ਵਰਡਿੰਗ ਵੀ ਲਿਖੀ ਹੈ ਇੱਕ ਓਨਕਾਰ ਵੀ ਹੈ ਓਮ ਵੀ ਹੈ ਅਸਲ ਵਿੱਚ ਜਿਹੜੀ ਖੱਤਰੀ ਕਮਿਊਨਿਟੀ ਸੀ ਡਿਸਟ੍ਰਿਕਟ ਸਿਆਲਕੋਟ ਔਰ ਨਾਰੋਵਾਲ ਤਹਿਸੀਲ ਬਟਾਲਾ ਔਰ ਡਿਸਟ੍ਰਿਕਟ ਗੁਰਦਾਸਪੁਰ ਇੱਥੇ ਥੋੜ੍ਹਾ ਜਿਹਾ ਮਿਕਸ ਮਾਹੌਲ ਸੀ ਉਹਦੀ ਇਕਾਸੀ ਜਿਹੜੀ ਹੈ 1951 ਦੇ ਵਿੱਚ ਮੇਰੇ ਪੇਰੈਂਟਸ ਵੀ ਦੱਸਦੇ ਸਨ ਲੇਕਿਨ ਹੁਣ ਅੱਜ ਮੈਂ ਆਪਣੀਆਂ ਅੱਖਾਂ ਨਾਲ ਵੀ ਮੈਂ ਦੇਖ ਲਿੱਤੀ ਤੁਸੀਂ ਇੱਕ ਸੰਤ ਬਾਬਾ ਜੀ ਦੀ ਗੱਲ ਕਰ ਰਹੇ ਸੀ ਮੈਂ ਸੁਣਿਆ ਵੀ ਇੱਥੇ ਹੁੰਦੇ ਸਨ ਹਾਂਜੀ ਕੀ ਨਾਮ ਸੀ ਉਹਨਾਂ ਦਾ ਇਸ ਬਿਲਡਿੰਗ ਵਿੱਚ ਨਹੀਂ ਉਹ ਅੱਗੇ ਜੀ ਸੰਤ ਹਰਨਾਮ ਸਿੰਘ ਹਰਨਾਮ ਸਿੰਘ ਨਾਮ ਲਿਆ ਜਾ ਰਿਹਾ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿ ਇਹਨਾਂ ਦੇ ਨਾਮ ਦੇ ਕਲਬਸ ਜਿਹੜੇ ਨੇ ਖਾਲਸਾ ਰਾਜ ਫੁੱਟਸਟੈਪਸ ਦੇ ਵਿੱਚੋਂ ਕਿੱਥੋਂ ਸੰਤ ਹਰਨਾਮ ਸਿੰਘ ਜੀ ਔਰ ਉਹਨਾਂ ਦਾ ਤੁਸੀਂ ਦੱਸ ਰਹੇ ਸੀ ਕਿ ਉਹਨਾਂ ਦਾ ਖਰਾਸ ਚੱਲਦਾ ਰਹਿੰਦਾ ਸੀ ਸੁਣਿਆ ਵੀ ਉਹਨਾਂ ਦੇ ਖਰਾਸ ਜਾਂ ਚੱਕੀ ਚੱਲਦੀ ਰਹਿੰਦੀ ਸੀ ਅਤੇ ਸਾਰਾ ਪਿੰਡ ਉੱਥੋਂ ਰੋਟੀਆਂ ਖਾਂਦਾ ਹੁੰਦਾ ਅੱਛਾ ਕੋਈ ਪਾਬੰਦੀ ਨਹੀਂ ਸੀ ਕੋਈ ਮਜ਼ਹਬ ਨਹੀਂ ਕੋਈ ਨਹੀਂ ਸੀ ਕਿ ਸਾਰੇ ਜਿੰਨੇ ਜ਼ਿਮੀਦਾਰ ਸਨ ਉੱਥੋਂ ਜਾ ਕੇ ਰੋਟੀਆਂ ਲੈ ਕੇ ਅਤੇ ਦਾਲ ਪਾ ਕੇ ਖਾ ਲੈਂਦੇ ਹੁੰਦੇ ਲੰਗਰ ਦਾ ਕੋਨਸੈਪਟ ਦੱਸਿਆ ਜਾ ਰਿਹਾ ਜੀ ਕਿ ਲੰਗਰ ਜਿਹੜਾ ਜਿਹੜੇ ਅੱਜ ਕੱਲ੍ਹ ਅਸੀਂ ਦੇਖ ਰਹੇ ਹਾਂ ਵੀਡੀਓਜ਼ ਦੇ ਵਿੱਚ ਵੀ ਔਰ ਪੂਰੇ ਯੂਰਪ ਦੇ ਵਿੱਚ ਵੀ ਔਰ ਉਸ ਤੋਂ ਬਾਅਦ ਸੈਂਟਰ ਅਮੈਰੀਕਾ ਦੇ ਵਿੱਚ ਵੀ ਕੈਨੇਡਾ ਦੇ ਵਿੱਚ ਵੀ ਔਰ ਦਿੱਲੀ ਤੋਂ ਲੈ ਕੇ ਬਠਿੰਡੇ ਤੱਕ ਔਰ ਚੰਡੀਗੜ੍ਹ ਤੋਂ ਲੈ ਕੇ ਜਿਹੜਾ ਅਗਰ ਤੁਸੀਂ ਚੱਲਦੇ ਹੋ ਪਾਕਿਸਤਾਨ ਤੱਕ ਆਉਂਦੇ ਹੋ ਗੁਰਦੁਆਰਾ ਡੇਰਾ ਬਾਬਾ ਗੁਰੂ ਨਾਨਕ ਸਾਹਿਬ ਹੈ ਫਿਰ ਉਸ ਤੋਂ ਬਾਅਦ ਇੱਧਰ ਆ ਕੇ ਪਾਸੇ ਆ ਜਾਓ ਤੁਸੀਂ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਹੈ ਔਰ ਥਰੂ ਆਊਟ ਯਾਨੀ ਕਿ ਅਗਰ ਤੁਸੀਂ ਪਿਸ਼ਾਵਰ ਤੱਕ ਚਲੇ ਜਾਂਦੇ ਹੋ ਤਾਂ ਉੱਥੇ ਜਿਹੜੇ ਗੁਰਦੁਆਰਿਆਂ ਦਾ ਲੰਗਰ ਜਿਹੜਾ ਸਿਸਟਮ ਹੈ ਕਿ ਜਿਹੜਾ ਵੀ ਜਿਸ ਟਾਈਮ ਵੀ ਉੱਥੇ ਆ ਜਾਵੇ ਤਾਂ ਉਹਨੂੰ ਖਾਣ ਲਈ ਅਤੇ ਉਹੀ ਚੀਜ਼ ਦੀ ਜਿਹੜੀ ਹੈ ਇਹ ਕਨਫਰਮ ਕਰ ਰਹੇ ਨੇ ਕਿ ਇੱਥੇ ਵੀ ਇਸ ਦਾ ਮਤਲਬ ਹੈ ਕਿ ਸੰਤ ਜਿਹੜੇ ਸਨ ਉਹਨਾਂ ਦਾ ਰੱਖ ਰਖਾਓ ਜਿਹੜਾ ਸੀ ਪ੍ਰੀਪਾਰਟੀਸ਼ਨ ਇਸ ਜਗ੍ਹਾ ਦੇ ਉੱਤੇ ਮੌਜੂਦ ਸੀ ਅਤੇ ਇਹ ਜਿਹੜਾ ਨਾਲ ਖੂਹ ਹੈ ਤੁਸੀਂ ਇਹਨੂੰ ਆਬਾਦ ਦੇਖਿਆ ਕਿਉਂਕਿ ਨਾਨਕ ਸ਼ਾਹੀ ਨਾਲ ਬਣਿਆ ਹੋਇਆ ਖੂਹ ਹੈ ਨਾਲ ਹੀ ਔਰ ਦੁਕਾਨਾਂ ਦਾ ਕੁਛ ਮੰਜ਼ਰ ਵੀ ਐਸਾ ਹੈ ਕਿ ਇੰਝ ਵੀ ਯਾਦ ਆ ਰਿਹਾ ਲੋਇਰ ਮਾਲ ਖੂਹ ਦਾ ਇਹ ਕਿ ਸੁਣਿਆ ਵੱਡਿਆਂ ਕੋਲ ਕਿ ਬਲਕਿ ਆਪ ਛੋਟੇ ਛੋਟੇ ਹੁੰਦੇ ਸਾਂ ਅੱਧਾ ਪਿੰਡ ਤੋਂ ਪਾਣੀ ਖੜਦਾ ਹੁੰਦਾ ਸੀ ਬਲਕਿ ਤਕਰੀਬਨ ਸਾਰੇ ਪਿੰਡ ਬੜਾ ਠੰਡਾ ਯਾਨੀ ਕਿ ਖੂਹ ਦੱਸਿਆ ਜਾ ਰਿਹਾ ਅਸੀਂ ਤੁਹਾਨੂੰ ਖੂਹ ਵੀ ਨਾਲ ਹੀ ਦਿਖਾਉਂਦੇ ਹਾਂ ਕਿ ਵੀ ਇਹ ਨਾਲ ਹੀ ਖੂਹ ਹੈ ਜਿੱਥੋਂ ਕਿ ਪੂਰਾ ਪਿੰਡ ਕਿਉਂਕਿ ਨਾਨਕ ਸ਼ਾਹੀ ਈਟ ਨਾਲ ਬਣਿਆ ਹੋਇਆ ਖੂਹ ਹੈ ਇਹਦੇ 'ਚ ਨੋ ਡਾਊਟ ਕਿ ਵੀ ਉਹ ਕਿਸੇ ਹੋਰ ਦੀ ਸੇਵਾ ਨਹੀਂ ਹੋ ਸਕਦੀ ਕਿਉਂਕਿ ਨਾਨਕ ਸ਼ਾਹੀ ਇੱਟ ਜਿਹੜੀ ਹੈ ਉਹ ਖਾਲਸਾ ਦੌਰ ਦੇ ਵਿੱਚ ਹੀ ਯੂਜ਼ ਹੋਈ ਹੈ ਇਹਦਾ ਮਤਲਬ ਹੈ ਕਿ ਪ੍ਰੀ ਪਾਰਟੀਸ਼ਨ ਔਰ ਫਿਰ ਖਾਲਸਾ ਰਾਜ ਦੇ ਦੌਰ ਦੇ ਵਿੱਚ ਬਣੀ ਹੋਈ ਜਿਹੜੀ ਹੋਈ ਹੈ ਆਓ ਜ਼ਰਾ ਪਲੀਜ਼ ਤੁਸੀਂ ਜ਼ਰਾ ਨਾਲ ਆਓ ਖੂਹ ਦੱਸਣ ਦੇਖੋ ਤੁਸੀਂ ਉਹੀ ਪੁਰਾਣੇ ਦਿਆਰ ਦੇ ਬਣੇ ਹੋਏ ਦਰਵਾਜ਼ੇ ਦੁਕਾਨਾਂ ਦੇ ਵੱਡੇ ਵੱਡੇ ਕਿਵਾੜ ਔਰ ਉਹ ਜਿਹੜੇ ਸੰਗਲਦਾਰ ਜਿਹੜੇ ਸਨ ਕੁੰਡੀਆਂ ਉਹਨਾਂ ਨੂੰ ਲੱਗੀਆਂ ਹੋਈਆਂ ਅੱਜ ਵੀ ਜਿਹੜਾ ਉਸ ਤਰੀਕੇ ਨਾਲ ਹੀ ਹੈ ਇਹ ਮੈਂ ਖੂਹ ਦੀ ਗੱਲ ਕਰ ਰਿਹਾ ਸੀ ਕਿ ਇਹ ਦੇਖੋ ਖੂਹ ਜਿਹੜਾ
ਨਾਨਕ ਸ਼ਾਹੀ ਗੇਟ ਨਾਲ ਬਣਿਆ ਹੋਇਆ ਜਿਹੜਾ ਖੂਹ ਹੈ ਅੱਜ ਵੀ ਮੌਜੂਦ ਹੈ, ਲੇਕਿਨ ਕਿਸੇ ਹੱਦ ਤੱਕ ਖੂਹ ਗੰਦਾ ਹੋ ਚੁੱਕਿਆ। ਇੱਕ ਉਹ ਰਸਤਾ ਜਿਹਾ ਜਾ ਰਿਹਾ ਜੀ ਬੰਦੇ ਪਾਸੇ, ਬਸ ਮਿੱਟੀ ਤੋਂ ਡੁੱਬੀ ਅੱਛਾ, ਮਤਲਬ ਗਿੜਿਆ ਜਿਹੜਾ ਗਿੜ ਜਾਣਾ ਥੋੜ੍ਹਾ। ਇਹ ਪੁਰਾਣਾ ਟ੍ਰੈਂਡ ਹੈ ਖੂਹ ਦੇ ਵਿੱਚ ਪਾਣੀ ਕੱਢ ਕੇ ਅਤੇ ਜਦੋਂ ਨਹਾਇਆ ਜਾਂਦਾ ਸੀ ਅਤੇ ਇਹ ਜਗ੍ਹਾ ਦੇ ਉੱਤੋਂ, ਇਹ ਦੇਖੋ ਤੁਸੀਂ ਬਾਥ ਵਾਸਤੇ ਜਿਹੜੀ ਹੈ ਟੈਂਕੀ ਇੱਥੋਂ ਫਿਲ ਕੀਤੀ ਜਾਂਦੀ ਸੀ ਔਰ ਇਹਦੇ ਅੰਦਰ ਜਿਹੜਾ ਹੈ ਉਹ ਨਹਾਇਆ ਜਾਂਦਾ ਸੀ, ਜਾ ਕੇ ਅੰਦਰ ਦੋ ਟੂਟੀਆਂ ਵੀ ਲੱਗੀਆਂ ਹੋਈਆਂ ਨੇ ਔਰ ਇਹ ਡਰਿੰਕਿੰਗ ਪਰਪਸ ਵਾਸਤੇ ਵੇ। ਦੇਖੋ ਕੈਸੇ ਮੈਨੇਜ ਕੀਤੀ ਹੋਈ ਚੀਜ਼ਾਂ ਸਨ ਕਿ ਇਹ ਦੇਖੋ ਤੁਸੀਂ ਅੰਦਰ ਬਣਿਆ ਹੋਇਆ ਕੋਈ 10-20 ਲੀਟਰ ਦਾ ਪਾਣੀ ਪਾਉਣ ਦੀ ਜਗ੍ਹਾ ਔਰ ਇਹ ਦੇਖੋ ਇਹ ਟੂਟੀਆਂ ਲੱਗੀਆਂ ਹੁੰਦੀਆਂ ਸਨ, ਇੱਥੋਂ ਲੋਕ ਪਾਣੀ ਪੀਂਦੇ ਸਨ। ਸੁਬਹਾ ਦੇ ਲਾਕੇ ਡੀਅਰ ਦੇ ਲਾਕੇ 4 ਵਜੇ ਲਾਕੇ ਸ਼ਾਮ ਤੱਕ ਲੋਕ ਪਾਣੀ ਭਰਦੇ ਰਹਿੰਦੇ ਨੇ, ਪਾਣੀ ਭਰਦੇ ਰਹਿੰਦੇ ਬਾਹਰ ਜੀ ਜੀ ਇਹ ਅਸੀਂ ਛੋਟੇ ਛੋਟੇ ਬੜਾ ਅੱਛਾ ਲੱਗ ਰਿਹਾ ਦੇਖ ਕੇ। ਉਹ ਪਾਣੀ ਨੂੰ ਦੇਖੋ ਜਦੋਂ ਪਾਓ ਤਾਂ ਉਹਦੇ ਅੰਦਰ ਜਾਲੀ ਲੱਗੀ ਹੈ ਕਿ ਕੋਈ ਹੋਰ ਚੀਜ਼ ਅੰਦਰ ਨਾ ਚਲੀ ਜਾਏ, ਉਹ ਇੱਕ ਦੋ ਹਲੇ ਦੋ ਤਿੰਨ ਸੁਰਾਖ ਨਜ਼ਰ ਆ ਰਹੇ ਨੇ ਬਾਕੀ ਅਤੇ ਡਰਿੰਕਿੰਗ ਵਾਟਰ ਵਾਸਤੇ ਜਿਹੜਾ ਇਹ ਹਨ ਉਹ ਵਾਲੇ ਕੰਮ ਜਿਹੜੇ ਕਿ ਸਰਵਿਸਿਜ਼ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਜਿਹੜੀਆਂ ਕਿ ਪਬਲੀਕੇਸ਼ਨਸ ਜਿਹੜੀਆਂ ਸਨ ਧਰਮ ਦੇ ਨਾਮ ਤੋਂ ਹੱਟ ਕੇ ਕੀਤੀਆਂ ਜਾਂਦੀਆਂ ਸਨ, ਕਮਿਊਨਿਟੀਜ਼ ਵਾਸਤੇ ਕੀਤੀਆਂ ਜਾਂਦੀਆਂ ਸਨ ਔਰ ਰੱਖ ਰਖਾਓ ਪਿਆਰ ਮੁਹੱਬਤ ਜਿਹੜਾ ਸੀ ਉਹ ਇਸ ਤਰੀਕੇ ਨਾਲ ਸੀ ਇਨਸਾਨਾਂ ਦਾ ਕਿ ਜਿੱਥੇ ਰਲ ਮਿਲ ਕੇ ਬੈਠਣ ਦਾ ਜਿਹੜਾ ਸੀ ਉਹ ਸਾਰਾ ਕੁਛ ਨਜ਼ਰ ਆਉਂਦਾ ਸੀ। ਲੇਕਿਨ ਪੰਜਾਬ ਦੀ ਵੰਡ ਨੇ ਇੱਕ ਵਾਰੀ ਪੰਜਾਬੀਆਂ ਦੇ ਸੀਨੇ ਦੇ ਉੱਤੇ ਐਸੀ ਲੀਕ ਲਾਈ ਹੈ ਕਿ ਚਾਹੇ ਪੰਜਾਬੀ ਈਸਟ ਦਾ ਚਾਹੇ ਵੈਸਟ ਦਾ ਉਹਨਾਂ ਨੂੰ ਬਹੁਤ ਕੁਛ ਫੇਸ ਕਰਨਾ ਪਿਆ ਔਰ ਖਾਲਸਾ ਰਾਜਪੂਟਸ ਦੇ ਅੰਦਰ ਸਪੈਸ਼ਲੀ ਜਿਹੜਾ ਜ਼ਿਆਦਾ ਕਮਿਊਨਿਟੀ ਜਿਹੜੀ ਵੈਸਟ ਪੰਜਾਬ ਵੱਲੋਂ ਨੌਰਥ ਵੈਸਟ ਪੰਜਾਬ ਤੋਂ ਗਈ ਹੈ ਅਤੇ ਉਹ ਸਿੱਖ ਕਮਿਊਨਿਟੀ ਸੀ। ਸਿੱਖ ਕਮਿਊਨਿਟੀ ਦੇ ਬਹੁਤ ਜ਼ਿਆਦਾ ਸਾਰੇ ਕਲੋਥਸ ਜਿਹੜੇ ਨੇ ਮੈਂ ਤੁਹਾਡੇ ਸਾਹਮਣੇ ਪਹਿਲੇ ਲੈ ਕੇ ਆਇਆ ਔਰ ਕੁਛ ਅੱਜ ਮੈਂ ਲੈਣ ਵਾਸਤੇ ਨਿਕਲਿਆ ਵਾਂ, ਥੋੜ੍ਹੀ ਦੇਰ ਬਾਅਦ ਮੈਂ ਪਹੁੰਚਾਂਗਾ। ਵਿਲੇਜ ਹੈ ਬੁੱਢਾ ਟੋਲਾ ਜਿਹੜਾ ਕਿ ਹੁਣ ਸ਼ਹਿਰ ਦੀ ਸ਼ਕਲ ਇਖਤਿਆਰ ਕਰ ਗਿਆ, ਉਸ ਤੋਂ ਬਾਅਦ ਨਿੱਧੋ ਕੇ ਹੈ, ਫਿਰ ਮਰਦਾਨਾ ਪਿੰਡ ਹੈ ਔਰ ਜੇ ਸਿੰਘ ਹੈ। ਤਮਾਮ ਮੈਂ ਕੋਸ਼ਿਸ਼ ਕਰਾਂਗਾ ਅੱਜ ਦੇ ਦਿਨ ਵਿੱਚ ਕਵਰ ਕਰਾਂ ਜੀ। ਤੁਸੀਂ ਕੁਛ ਕਹਿ ਰਹੇ ਸੀ? ਮੈਂ ਕਿਹਾ ਵੀ ਅੱਜ ਪਾਣੀ ਕੱਢਣ ਵਾਸਤੇ 3 ਪੌੜੀਆਂ ਹੁੰਦੀਆਂ ਨੇ, ਕਈ ਦਿਨ ਪਾਣੀ ਕੱਢਣ ਵਾਸਤੇ ਇੱਕ ਉੱਧਰ ਇੱਕ ਉੱਧਰ। ਚੰਗਾ ਕੰਮ ਕਿਸੇ ਨੇ ਵੀ ਕੀਤਾ ਹੋਵੇ ਉਹ ਕਦੀ ਖਤਮ ਨਹੀਂ ਹੁੰਦਾ, ਨਾ ਹੀ ਰਹਿੰਦੀ ਦੁਨੀਆਂ ਤੱਕ ਉਸ ਬੰਦੇ ਦਾ ਨਾਮ ਰਹਿੰਦਾ ਔਰ ਉਹਦੀ ਕਾਰ ਸੇਵਾ ਜਿਹੜੀ ਹੈ ਉਹ ਕਦੀ ਜ਼ਾਇਆ ਨਹੀਂ ਜਾਂਦੀ ਹੈ। ਅਤੇ ਮੈਂ ਫਿਰ ਕਹਾਂਗਾ ਅੱਜ ਦੇ ਦੌਰ ਦੇ ਵਿੱਚ ਫਿਰ ਇੱਕ ਵਾਰੀ ਜ਼ਰੂਰਤ ਹੈ ਐਸੇ ਹੀ ਕੰਮਾਂ ਦੀ, ਮੋਟਰਾਂ ਤੋਂ ਹਟ ਕੇ ਔਰ ਆਪਣੇ ਆਪਣੇ ਘਰ ਦੇ ਬੂਹੇ ਤੋਂ ਹਟ ਕੇ ਸਾਨੂੰ ਚੁਰਾਹੇ ਆਪਣੇ ਆਬਾਦ ਕਰਨੇ ਪੈਣਗੇ, ਪੰਜਾਬੀਆਤ ਸਾਨੂੰ ਵਾਪਸ ਲੈ ਕੇ ਆਉਣੀ ਪਏਗੀ। ਪੰਜਾਬੀ ਔਰ ਪੰਜਾਬੀਆਤ ਇਹਦੇ 'ਤੇ ਸਖ਼ਤ ਕਿਸਮ ਦੇ ਵਾਰ ਕੀਤੇ ਜਾ ਰਹੇ ਨੇ, ਚਾਹੇ ਈਸਟ ਵਾਲੇ ਪਾਸੇ ਅਤੇ ਚਾਹੇ ਵੈਸਟ ਵਾਲੇ ਪਾਸੇ, ਕਿਸੇ ਪਾਸੋਂ ਹਿੰਦੀ ਦਾ ਅਟੈਕ ਹੈ ਅਤੇ ਕਿਸੇ ਪਾਸੋਂ ਉਰਦੂ ਦਾ ਅਟੈਕ ਹੈ ਔਰ ਪੰਜਾਬੀਆਂ ਦੀ ਜੜ੍ਹ ਨੂੰ ਵੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ ਔਰ ਅੱਜ ਮੈਂ ਆਇਆ ਸੀ ਕਿਲਾ ਕਾਲਰ ਵਾਲਾ।